ਮੁਲਾਜ਼ਮ ਤਾਂ ਸਾਨੂੰ ਥਾਪੀਆਂ ਦੇ ਰਹੇ ਆ ਕਹਿੰਦਾ ਵੀ ਇਹ ਜਾ ਪੰਜਾਬ ਹੈ ਨਾ ਇੱਕ ਭਾਵੇਂ ਦੁਸ਼ਮਣ ਵੀ ਹੈ ਉਹਨੂੰ ਵੀ ਕਹਿੰਦੇ ਵੀ ਆਓ ਪ੍ਰਸ਼ਾਦਾ ਛਕੋ ਗੁਰੂਆਂ ਦਾ ਆਸ਼ੀਰਵਾਦ ਲੈ ਕੇ ਘਰੋਂ ਅਰਦਾਸ ਕਰਕੇ ਤੁਰੇ ਹੋਏ ਆ ਵੀ ਅਸੀਂ ਆਪਣੇ ਮੈਦਾਨ 'ਚ ਜਿੱਤ ਹਾਸਲ ਕਰਕੇ ਤਾਂ ਵਾਪਸ ਆਵਾਂਗੇ ਪਰ ਉਹਨਾਂ ਨੂੰ ਲੋਕਾਂ ਦਾ ਅੰਦੋਲਨ ਦੇਖ ਕੇ ਲੋਕਾਂ ਦੇ ਹੱਕ ਨੂੰ ਦੇਖਦੇ ਹੋਏ ਝੁੱਕ ਜਾਣਾ ਝੁੱਕਣ ਦੀ ਵੀ ਲੋੜ ਨਹੀਂ ਹੈ ਲੋਕਾਂ ਨੂੰ ਹੱਕ ਦੇ ਦੇਣਾ ਚਾਹੀਦਾ ਹੈਗਾ ਇਹ ਗੁਰੂ ਦਾ ਲੰਗਰ ਹੈ ਜੀ ਇਹ ਕਦੇ ਨਹੀਂ ਥੋੜਨਾ ਇਹ ਇਹਨੂੰ ਕੋਈ ਐ ਨਹੀਂ ਹੈਗਾ ਵੀ ਸਮਾਨ ਲੈ ਕੇ ਆਉਣ ਦੀ ਤਾਂ ਆਪੇ ਇੱਥੇ ਸਾਰਾ ਕੁਝ ਆਪੇ ਰੱਬ ਦੀ ਮਿਹਰ ਹੋ ਰਹੀ ਹੈ ਸਾਰਾ ਕੁਝ ਆਪੇ ਪਹੁੰਚ ਰਿਹਾ ਸਾਰਾ ਕੁਝ ਉਹਦਾ ਸਮਕਾ ਕਹਾਂ ਫਤਿਹਗੜ੍ਹ ਗਾਇਓ ਚਾਹੇ 2 ਮਹੀਨੇ ਲਗਾ ਚਾਰ ਆਪ ਵੀ ਕਹਾਂ ਜੇ ਲੋੜ ਹੈ ਨਾ ਫੋਨ ਕਰ ਦਿਓ ਆਪਾਂ ਇੱਧਰ ਤੇ ਆ ਜਾਵਾਂਗੇ ਗੱਡੀਆਂ ਲੈ ਕੇ ਜਦੋਂ ਤੁਸੀਂ ਆਪਣੇ ਘਰਾਂ 'ਚੋਂ ਇੱਥੇ ਚੱਲ ਕੇ ਆਏ ਹੋ ਕਿ ਘਰੋਂ ਤੁਹਾਨੂੰ ਫੋਨ ਆਉਂਦੇ ਆ ਬੀਬੀਆਂ ਦੇ ਵੀ ਵਾਪਸ ਆ ਜਾਓ ਘਰ ਵਿੱਚ ਜਵਾਕ ਉਡੀਕਦੇ ਆ ਜਾਂ ਆਪਣੀ ਫਸਲ ਦਾ ਨਹੀਂ ਉਹ ਕਾਫੀ ਜੰਗ ਜਿੱਤ ਗਏ ਬਸ ਹਾਂ ਕੀ ਕਹਿਣਾ ਘਰ ਵਾਲੇ ਦਾ ਕੀ ਕਰਾਂ ਘਰ ਵਾਲੇ ਦਾ ਕਹਿੰਦੇ ਮੋਦੀ ਨੂੰ ਹਰਾ ਕੇ ਆਓ ਸੋ ਇਸ ਵਕਤ ਸਾਂਝ ਦੀ ਟੀਮ ਜਿਹੜੀ ਕਿ ਦਿੱਲੀ ਦੇ ਵਿੱਚ ਪਹੁੰਚੀ ਹੋਈ ਹੈ ਦਿੱਲੀ ਦੇ ਕੁੰਡਲੀ ਬਾਰਡਰ ਤੋਂ ਕਰੀਬ ਜਿਹੜਾ 4-5 ਕਿਲੋਮੀਟਰ ਅਸੀਂ ਉਰੇ ਇੱਥੇ ਖੜੇ ਹੋਏ ਹਾਂ ਤੁਸੀਂ ਵੇਖ ਸਕਦੇ ਹਾਂ ਕਿ ਕਿਸਾਨੀ ਮੁੱਦੇ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿੱਥੇ ਭਾਰਤ ਦੀ ਸਰਕਾਰ ਅੜੀ ਹੋਈ ਹੈ ਉੱਥੇ ਕਿਸਾਨ ਵੀ ਵਜਿੱਦ ਹਨ ਇਹਨਾਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਜਿਹੜਾ ਕਿ ਰੋਸ ਧਰਨਾ ਇੱਥੇ ਦਿੱਤਾ ਜਾ ਰਿਹਾ ਅਤੇ ਤਿਆਰੀਆਂ ਪੂਰੀਆਂ ਹਨ ਪੰਜਾਬ ਦੇ ਵੱਖ ਵੱਖ ਜਿਹੜੇ ਕੋਨਿਆਂ ਦੇ ਉੱਥੇ ਨੌਜਵਾਨ ਆਏ ਹੋਏ ਉਹਨਾਂ ਨੂੰ ਵੀ ਗੱਲਬਾਤ ਕਰਦੇ ਹਾਂ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਇੱਥੇ ਜਿਹੜੀ ਕਿ ਲੰਗਰ ਦੀ ਸੇਵਾ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਕੱਲ੍ਹ ਭਾਅ ਜੀ ਕਿੱਥੋਂ ਆਏ ਹੋ ਤੁਸੀਂ ਲੁਧਿਆਣੇ ਤੋਂ ਆਏ ਹੋ ਬਾਈ ਜੀ ਭਾਅ ਜੀ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋ ਸਾਨੂੰ ਹੋ ਗਏ 2-3 ਦਿਨ ਬਾਈ ਜੀ ਭਾਅ ਜੀ ਜਿਹੜੀ ਇਹ ਲੰਗਰ ਦੀ ਸੇਵਾ ਆ ਇਹ ਕਿੰਨੇ ਦਿਨ ਹੋਰ ਜਾਰੀ ਰਹੇਗੀ ਅਤੇ ਜਿਹੜਾ ਪੂਰਾ ਰਾਸ਼ਨ ਪਾਣੀ ਤੁਸੀਂ ਨਾਲ ਲੈ ਕੇ ਆਏ ਹੋ ਇਹ ਬਾਈ ਜੀ ਕਦੋਂ ਥੋੜ੍ਹਾ ਜਿਹਾ ਦੱਸੋ ਇਹ ਗੁਰੂ ਦਾ ਲੰਗਰ ਹੈ ਜੀ ਇਹ ਕਦੇ ਨਹੀਂ ਥੋੜਨਾ ਇਹ ਇਹਨੂੰ ਕੋਈ ਐ ਨਹੀਂ ਹੈਗਾ ਵੀ ਸਮਾਨ ਲੈ ਕੇ ਆਉਣ ਦੀ ਤਾਂ ਆਪੇ ਇੱਥੇ ਸਾਰਾ ਕੁਝ ਆਪੇ ਰੱਬ ਦੀ ਮਿਹਰ ਹੋ ਰਹੀ ਹੈ ਸਾਰਾ ਕੁਝ ਆਪੇ ਪਹੁੰਚ ਰਿਹਾ ਸਾਰਾ ਕੁਝ ਤਾਂ ਹੀ ਤਾਂ ਤੁਹਾਡੇ ਸਾਹਮਣੇ ਆਹ ਹੁਣ ਕਿਹੜਾ ਸਾਡੇ ਨਾਲ ਦੇ ਨੇਗੇ ਇਹ ਵੀ ਇੱਥੋਂ ਜਿਹੜਾ ਜਿਹਨੂੰ ਦਿਲ ਕਰਦਾ ਜੋ ਅਸੀਂ ਕਿਸੇ ਨੂੰ ਨਹੀਂ ਰੋਕਦੇ ਜੋ ਮਰਜ਼ੀ ਆ ਕੇ ਛਕੇ ਪਰ ਜੀ ਜਿੰਨੇ ਵੀ ਆ ਨੌਜਵਾਨ ਵੀਰ ਪ੍ਰਸ਼ਾਦੇ ਬਣਾ ਰਹੇ ਆ ਮੈਂ ਵੇਖ ਰਿਹਾ ਜਿਵੇਂ ਘਰਾਂ ਦੇ ਵਿੱਚ ਸਾਡੀਆਂ ਬਜ਼ੁਰਗ ਬੀਬੀਆਂ ਸਾਡੀਆਂ ਲੇਡੀਜ਼ ਆ ਉਹਨਾਂ ਤੋਂ ਤੁਸੀਂ ਵਧੀਆ ਸਪੀਡ ਦੇ ਵਿੱਚ ਅਤੇ ਵਧੀਆ ਢੰਗ ਦੇ ਨਾਲ ਪ੍ਰਸ਼ਾਦੇ ਤਿਆਰ ਕਰ ਰਹੇ ਹੋ ਪਹਿਲਾਂ ਵੀ ਬਣਾਏ ਆ ਜਾਂ ਤੁਸੀਂ ਇੱਥੇ ਬਣਾ ਰਹੇ ਹੋ ਆ ਕੇ ਬਾਈ ਜੀ ਦੇਖੋ ਪਹਿਲਾਂ ਪੂਰਾ ਕਿਹਨੇ ਬਣਾਇਆ ਕਿਸੇ ਨੇ ਨਹੀਂ ਬਣਾਏ ਇਹ ਆਪੇ ਆ ਜਾਂਦੇ ਆ ਜਦੋਂ ਪੈਂਦੀ ਆ ਨਾ ਕਿਸੇ ਉਹ ਆਪੇ ਕਰਨਾ ਆ ਜਾਂਦਾ ਕੰਮ ਜਿਹੜਾ ਵੀ ਹੁੰਦਾ ਕੋਈ ਵੱਡੀ ਗੱਲ ਨਹੀਂ ਹੈਗੀ ਆਹ ਦੇਖੋ ਇੱਧਰ ਪੇੜੇ ਦੇਖੋ ਕਿਹੜੇ ਲੋੜ ਬਣਦੇ ਆ ਸਾਡੇ ਭਾਅ ਜੀ ਜਿਵੇਂ ਸਰਕਾਰਾਂ ਹਜੇ ਤੱਕ ਪਿੱਛੇ ਨੂੰ ਨਹੀਂ ਮੁੜ ਰਹੀਆਂ ਅਤੇ ਕਿਸਾਨ ਕਹਿ ਰਹੇ ਆ ਵੀ ਅਸੀਂ ਆਪਣਾ ਹੱਕ ਲੈ ਕੇ ਜਾਣਾ ਸਰਕਾਰਾਂ ਕਹਿ ਰਹੀਆਂ ਹਜੇ ਅਸੀਂ ਸਹੀ ਹਾਂ ਖੇਤੀ ਜਿਹੜੇ ਬਿੱਲ ਪਾਸ ਕੀਤੇ ਕਿਸਾਨਾਂ ਲਈ ਸਹੀ ਹੈਗੇ ਆ ਇਹ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਕਦ ਤੱਕ ਜਾਰੀ ਰਹੇਗੀ ਭਾਅ ਜੀ ਇਹ ਲੜਾਈ ਜਿਹੜੀ ਸ਼ੁਰੂ ਕਰੀ ਨਾ ਅਸੀਂ ਗੁਰੂਆਂ ਦਾ ਆਸ਼ੀਰਵਾਦ ਲੈ ਕੇ ਘਰੋਂ ਅਰਦਾਸ ਕਰਕੇ ਤੁਰੇ ਹੋਏ ਹਾਂ ਵੀ ਅਸੀਂ ਆਪਣੇ ਮੈਦਾਨ 'ਚ ਜਿੱਤ ਹਾਸਲ ਕਰਕੇ ਤਾਂ ਵਾਪਸ ਆਵਾਂਗੇ ਭਾਵੇਂ ਮਹੀਨੇ ਲੱਗਣ ਸਾਲਾਂ ਲੱਗਣ 6 ਮਹੀਨੇ ਤਾਂ ਸਾਡੇ ਕੋਲ ਆਲਰੇਡੀ ਰਾਸ਼ਨ ਹੈਗਾ 6 ਮਹੀਨੇ ਸਾਡਾ ਪਿੰਡ ਇਕੱਠਾ ਕਰਿਆ ਪਿਆ ਹੈਗਾ ਜਿੰਨਾ ਵੀ ਸਾਨੂੰ ਲੋੜ ਪਈ ਸਾਲ ਤਾਂ ਤੁਸੀਂ ਮੰਨ ਕੇ ਤੁਰੋ ਵੀ ਪੂਰੀ ਤਿਆਰੀ ਉਸ ਤੋਂ ਬਾਅਦ ਅਸੀਂ ਫਿਰ ਤਿਆਰੀ ਕਰ ਲੈਣੀ ਹੈਗੀ ਇਹ ਅਸੀਂ ਮੰਨ ਕੇ ਧਾਰ ਕੇ ਇੱਕ ਸੰਘਰਸ਼ ਸ਼ੁਰੂ ਕਰਿਆ ਵੀ ਅਸੀਂ ਜਿੱਤ ਹਾਸਲ ਕਰਨੀ ਹੈ ਅਸੀਂ ਇਹਨਾਂ ਸਰਕਾਰਾਂ ਨੂੰ ਕਿਸਾਨੀ ਯਾਦ ਕਰਾਉਣੀ ਹੈਗੀ ਇੱਥੇ ਕਾਫੀ 15-20 ਕਿਲੋਮੀਟਰ ਜਾਮ ਲੱਗਾ ਟਰਾਲੀਆਂ ਟਰੈਕਟਰ ਟਰੱਕ ਖੜੇ ਹੋਏ ਆ ਅਤੇ ਸਾਰੀਆਂ ਟਰਾਲੀਆਂ ਰਾਸ਼ਨ ਨਾਲ ਵੀ ਓਵਰਲੋਡਡ ਹੈਗੀਆਂ ਕਿੰਨਾ ਕੁ ਟਾਈਮ ਦਾ ਤੁਹਾਨੂੰ ਲੱਗਦਾ ਹੋਰ ਇੱਥੇ ਲੱਗੇਗਾ ਧਰਨੇ 'ਤੇ ਬਾਈ ਜੀ ਇਹ ਸਰਕਾਰਾਂ ਦੇ ਮਨਸੂਬਿਆਂ ਦਾ ਸਾਨੂੰ ਨਹੀਂ ਪਤਾ ਉਹਨਾਂ ਦੇ ਅੰਦਰ ਕੀ ਹੈਗਾ ਪਰ ਉਹਨਾਂ ਨੂੰ ਲੋਕਾਂ ਦਾ ਅੰਦੋਲਨ ਦੇਖ ਕੇ ਲੋਕਾਂ ਦੇ ਹੱਕ ਨੂੰ ਦੇਖਦੇ ਹੋਏ ਝੁੱਕ ਜਾਣਾ ਝੁੱਕਣ ਦੀ ਵੀ ਲੋੜ ਨਹੀਂ ਹੈ ਲੋਕਾਂ ਦਾ ਹੱਕ ਦੇ ਦੇਣਾ ਚਾਹੀਦਾ ਹੈਗਾ ਅਸੀਂ ਆਪਣਾ ਹੱਕ ਮੰਗਦੇ ਹਾਂ ਫਾਲਤੂ ਕੁਛ ਨਹੀਂ ਮੰਗਦੇ ਹੈਗੇ ਸਿਰਫ ਜੋ ਇਹ ਕਾਲੇ ਕਾਨੂੰਨ ਹੈ ਇਹ ਰੱਦ ਕਰਕੇ ਜੋ ਸਾਡੀ ਖਰੀਦ ਸਰਕਾਰੀ ਖਰੀਦ ਕੀਤੀ ਜਾਵੇ ਅੱਛਾ ਜੋ ਸਵਾਮੀ ਜਨ ਦੀ ਰਿਪੋਰਟ ਹੈਗੀ ਉਹ ਸਾਡੀ ਲਾਗੂ ਕਰੀ ਜਾਵੇ ਸੋ ਬਾਕੀ ਕਿਸਾਨਾਂ ਵਿੱਚ ਇਹੀ ਆ ਵੀ ਜਿੰਨੇ ਮਰਜ਼ੀ ਟਾਈਮ ਲੱਗ ਜਾਵੇ ਅਸੀਂ ਇੱਥੇ ਬੈਠੇ ਰਹਾਂਗੇ ਭਾਅ ਜੀ ਕਿੰਨੇ ਦਿਨਾਂ ਤੁਸੀਂ ਆਏ ਹੋਏ ਹੋ ਸਾਨੂੰ 2-3 ਦਿਨ ਹੋ ਗਏ ਜੀ ਇੱਥੇ ਅਤੇ ਤੁਸੀਂ ਲੰਗਰ ਪ੍ਰਸ਼ਾਦੇ ਸੇਵਾ ਪੂਰੀ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਭਾਈ ਰਾਸ਼ਨ ਨਾਲ ਲੈ ਕੇ ਆਏ ਹੋ ਜਾਂ ਹੋਰ ਵੀ ਮੰਗਵਾ ਰਹੇ ਹੋ ਵਾਪਸ ਪੰਜਾਬ ਤੋਂ ਸਾਡੇ ਕੋਲ ਮਤਲਬ 2 ਮਹੀਨੇ ਤਾਂ ਪਏ ਸਾਡੇ ਕੋਲ ਜੀ ਅਤੇ ਬਾਕੀ ਅਸੀਂ ਹੋਰ ਵੀ ਮੰਗਵਾ ਰਹੇ ਹਾਂ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਪਹਿਲਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਖੇਤੀਬਾੜੀ ਕਰਦੇ ਸੀ ਪਰਿਵਾਰ 'ਚ ਬੈਠੇ ਸੀ ਹੁਣ ਆ ਜਿਹੜਾ ਖੇਤੀ ਬਿੱਲਾਂ ਦੇ ਕਾਰਨ ਤੁਹਾਨੂੰ ਸੜਕਾਂ 'ਤੇ ਇੱਥੇ ਆਉਣਾ ਪੈ ਰਿਹਾ ਅਤੇ ਘਰੋਂ ਵੀ ਬੇਘਰ ਹੋ ਕੇ ਬੈਠੇ ਹਾਂ ਹਾਂਜੀ ਹਾਂਜੀ ਨਹੀਂ ਇੱਥੇ ਸਾਰਾ ਪੰਜਾਬ ਆ ਗਿਆ ਜੀ ਜਿਸ ਕਰਕੇ ਸਾਨੂੰ ਉਪਰਾ ਫੀਲ ਨਹੀਂ ਹੁੰਦਾ ਜੀ ਵਧੀਆ ਜੀ ਇੱਥੇ ਅਸੀਂ ਆਪਣੇ ਸਾਰੇ ਭਰਾਵਾਂ ਨਾਲ ਕਿਸਾਨਾਂ ਨਾਲ ਜੁੜੇ ਹੋਏ ਹਾਂ ਜੀ ਇੱਥੇ ਇਕੱਠੇ ਹਾਂ ਜੀ ਸੋ ਬਾਕੀ ਨੌਜਵਾਨਾਂ ਵਿੱਚ ਜੀ ਵੱਡਾ ਜਿਹੜਾ ਕਿ ਜੋਸ਼ ਵੀ ਵੇਖਣ ਮਿਲਿਆ ਤੁਸੀਂ ਇੱਧਰ ਵੀ ਆ ਕੇ ਵੇਖੋ ਜਿਹੜਾ ਕਿ ਜਿਵੇਂ ਗੁਰੂ ਘਰਾਂ ਦੇ ਵਿੱਚ ਲੰਗਰ ਦੀਆਂ ਤਿਆਰੀਆਂ ਹੁੰਦੀਆਂ ਇੱਥੇ ਜਿਹੜੇ ਸਾਡੇ ਵੀਰਾਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਦਾਲ ਪ੍ਰਸ਼ਾਦੇ ਇੱਥੇ ਬਣ ਰਹੇ ਆ ਇੱਥੇ ਦੁੱਧ ਦੇ ਪੈਕਟ ਪਏ ਉਹ ਗੰਢੇ ਚੀਰੇ ਜਾ ਰਹੇ ਆ ਜਿਹੜਾ ਕਿ ਚੌਲਾਂ ਦੇ ਨਾਲ ਇੱਥੇ ਬੈਗ ਭਰੇ ਹੋਏ ਆ ਇੱਕ ਗੱਲ ਇਹ ਵੀ ਵੇਖਣ ਵਾਲੀ ਬਜ਼ੁਰਗ ਜੀ ਆਹ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਤੁਸੀਂ ਜਨਰੇਟਰ ਵੀ ਰੱਖਿਆ ਹੋਇਆ ਆ ਟਰਾਲੀ ਦੇ ਵਿੱਚ ਇਹਦਾ ਕੀ ਕੰਮ ਆ
ਇਹਦਾ ਕੰਮ ਬਹੁਤ ਹੈ ਜੀ, ਇਹਦਾ ਲੈਟ ਰੋਡ ਬਣਦੀ ਇਹਦੇ ਨਾਲ ਜੀ, ਇਹਦੇ ਨਾਲ ਹੋਰ ਕੰਮ ਵੀ ਹੋ ਜਾਣ, ਮਿਕਸਰ ਵੀ ਚੱਲੂਗੀ ਜੀ ਨਾਲ ਇਹਦੇ ਨਾਲ ਜੀ। ਤੁਸੀਂ ਤਾਂ ਬਹੁਤ ਜ਼ਿਆਦਾ ਤਿਆਰੀ ਕਰਕੇ ਆਏ ਹੋ, ਤੁਹਾਨੂੰ ਕੀ ਲੱਗਦਾ ਕਿੰਨਾ ਚਿਰ ਸਾਨੂੰ ਇੱਥੇ ਰਹਿਣਾ ਪਵੇਗਾ? ਮਹੀਨਾ ਇੱਕ ਰਹੂੰਗੇ ਜੀ ਅਸੀਂ, ਜਦ ਤੱਕ ਮੰਨਦਾ ਨਹੀਂ ਹੈ। ਜਦੋਂ ਤੁਸੀਂ ਆਪਣੇ ਘਰਾਂ 'ਚੋਂ ਇੱਥੇ ਚੱਲ ਕੇ ਆਏ ਹੋ ਕਿ ਘਰੋਂ ਤੁਹਾਨੂੰ ਫੋਨ ਆਉਂਦੇ ਆ ਬੀਬੀਆਂ ਦੇ ਵੀ ਵਾਪਸ ਆ ਜਾਓ ਘਰ ਵਿੱਚ, ਜਵਾਕ ਉਡੀਕਦੇ ਆ ਜਾਂ ਆਪਣੀ ਫਸਲ ਦਾ? ਨਹੀਂ ਨਹੀਂ ਉਹ ਕਾਫੀ ਜੰਗ ਜਿੱਤ ਗਏ ਬਸ। ਹਾਂ, ਕੀ ਕਹਿਣਾ ਘਰ ਵਾਲਿਆਂ ਦਾ? ਕੀ ਘਰ ਵਾਲਿਆਂ ਦਾ? ਘਰ ਵਾਲਿਆਂ ਦਾ ਕਹਿੰਦੇ ਮੋਦੀ ਨੂੰ ਹਰਾ ਕੇ ਆਓ, ਵਾਪਸ ਬਿਰੰਗ ਨਹੀਂ ਮੁੜਨਾ। ਹਾਂ, ਬਿਰੰਗ ਨਹੀਂ ਮੁੜਨਾ। ਬਾਕੀ ਤੁਸੀਂ ਵੇਖ ਰਹੇ ਹੋ ਕਿ ਕਿੰਨਾ ਜੋਸ਼ ਹੈਗਾ ਆ, ਇਹ ਤਾਂ ਤੁਸੀਂ ਲਾਈਵ ਤਸਵੀਰਾਂ ਇੱਥੇ ਵੇਖ ਰਹੇ ਹੋ। ਰਹਿਣ ਦੇਣਾ, ਜਿੱਥੇ ਤੱਕ ਸਾਡੀ ਸੋਚ ਹੈ, ਕੋਈ ਵੀ ਇਨਸਾਨ, ਕੋਈ ਡਰਾਈਵਰ ਭਾਈ ਹੈ, ਕੋਈ ਮਜ਼ਦੂਰ ਹੈ, ਕੋਈ ਆਪਣਾ ਜ਼ਿਮੀਂਦਾਰ ਹੈ, ਖਾਣਾ ਖਾ ਕੇ ਜਾਊਗਾ। ਇਹ ਖੀਰ ਬਣ ਰਹੀ ਹੈਗੀ, ਇਹ ਦਾਲ ਦੇ ਦੋ ਪਤੀਲੇ ਹੈ, ਉਹ ਚਾਹ ਦੀ ਟੰਕੀ ਰੱਖੀ ਹੋਈ, ਇਹ ਬ੍ਰੈਡ ਰੱਖੇ ਹੋਏ ਹੈਗੇ, ਫੁਲਕਾ ਤਿਆਰ ਹੋ ਰਿਹਾ, ਟਮਾਟਰ ਤੋਂ ਲੈ ਕੇ ਹਰ ਆਈਟਮ ਸਾਡੇ ਕੋਲ ਤਿਆਰ ਹੈਗੀ। ਪਰ ਇੱਕ ਸਾਨੂੰ ਬੜਾ ਸਹਿਯੋਗ ਹੈਗਾ, ਜਿਹੜੇ ਹੋਰ ਜ਼ਿਲ੍ਹਿਆਂ ਤੋਂ ਵੀ ਆਏ ਵੇ ਉਹ ਸਾਡੇ ਨਾਲ ਖਾਣਾ ਪਕਾਉਣ 'ਚ ਬੜੀ ਮਦਦ ਕਰਦੇ ਹੈਗੇ, ਸਾਨੂੰ ਚੀਜ਼ ਵੀ ਪਹੁੰਚਾ ਰਹੇ ਹੈ, ਉਹ ਦੁੱਧਾਂ ਦੇ ਡਰੰਮ ਭਰੇ ਵੇ, ਜਿੰਨਾ ਸਾਡਾ ਸਮਾਨ ਲੱਗ ਰਿਹਾ ਉਨਾ ਹੀ ਸਾਡੇ ਤੋਂ ਲੋਕ ਸੇਵਾ 'ਚ ਫਿਰ ਦੇ ਰਹੇ ਹੈ ਇੱਥੇ। ਬਾਪੂ ਜੀ, ਇੱਕ ਗੱਲ ਬੜੀ ਵੱਖਰੀ ਵੇਖਣ ਨੂੰ ਮਿਲੀ, ਜਿਹੜੀ ਪੁਲਿਸ ਤੁਹਾਨੂੰ ਰੋਕ ਰਹੀ ਸੀ, ਤੁਹਾਡੇ ਡਾਂਗਾ ਮਾਰ ਰਹੀ ਸੀ, ਜਿਹੜਾ ਇਹ ਲੰਗਰ ਚਲਾਇਆ ਜਾ ਰਿਹਾ, ਉਹ ਸਾਰੇ ਮੁਲਾਜ਼ਮਾਂ ਨੂੰ ਵੀ ਇਹ ਜਿਹੜਾ ਕਿ ਸਿੱਖ ਸੰਗਤ ਵੱਲੋਂ, ਪੰਜਾਬੀਆਂ ਵੱਲੋਂ ਲੰਗਰ ਛਕਾਇਆ ਜਾ, ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਮੁਲਾਜ਼ਮ ਤਾਂ ਸਾਨੂੰ ਥਾਪੀਆਂ ਦੇ ਰਹੇ ਆ, ਕਹਿੰਦਾ ਵੀ ਇਹੋ ਜਿਹਾ ਪੰਜਾਬ ਹੈ ਨਾ ਇੱਕ, ਭਾਵੇਂ ਦੁਸ਼ਮਣ ਵੀ ਹੈ ਉਹਨੂੰ ਵੀ ਕਹਿੰਦੇ ਵੀ ਆਓ ਪ੍ਰਸ਼ਾਦਾ ਛਕੋ। ਹਾਂਜੀ, ਅੱਛਾ, ਜਿੱਡੇ ਸਾਡੇ ਘਰ 'ਤੇ ਫੋਨ ਆ ਰਹੇ ਹੈ, ਉਹ ਕਹਾ ਵੀ ਛੇਤੀ ਨਾ ਕਰਿਓ ਕੰਮ, ਫਤਿਹ ਕਰਕੇ ਆਇਓ, ਕਾਹਲੀ ਨਾ ਕਰਿਓ। ਬਾਕੀ ਉਰੇ ਸਾਡੇ ਪਾਸ 6 ਮਹੀਨੇ ਦਾ ਰਾਸ਼ਨ ਹੈਗਾ। ਉਹਨਾਂ ਨੂੰ ਫਿਕਰ ਨਹੀਂ ਹੁੰਦਾ ਵੀ ਸਾਡੇ ਬਾਪੂ ਬਾਰਡਰ 'ਤੇ ਜਾ ਕੇ ਬੈਠੇ ਆ, ਠੰਡ ਦੇ ਵਿੱਚ ਠਾਠਰ ਕਰ ਰਹੇ ਆ? ਨਹੀਂ, ਕੁਛ ਨਹੀਂ ਹੈ। ਉਹਦਾ ਸਮਕਾ ਕਹਾਂ ਫਤਿਹ ਕਰਕੇ ਆਇਓ, ਚਾਹੇ 2 ਮਹੀਨੇ ਲੱਗਣ, 4 ਲੱਗੇ, ਆਪ ਵੀ ਕਹਾਂ ਜੇ ਲੋੜ ਹੈ ਨਾ ਫੋਨ ਕਰ ਦਿਓ, ਆਪਾਂ ਇੱਧਰ ਤਾਂ ਆ ਜਾਊਂਗੇ ਗੱਡੀਆਂ ਲੈ ਕੇ। ਸੋ ਵਾਕਈ ਬੜਾ ਵੱਡਾ ਜੋਸ਼ ਹੈਗਾ ਆ ਪੰਜਾਬੀਆਂ 'ਚ, ਨੌਜਵਾਨਾਂ, ਬਜ਼ੁਰਗਾਂ 'ਚ, ਇਹਨਾਂ ਦਾ ਕਹਿਣਾ ਵੀ ਅਸੀਂ ਤਾਂ ਇੱਥੇ ਆ ਕੇ ਬੈਠੇ ਹਾਂ, ਜਿਹੜੇ ਸਾਡੇ ਘਰਾਂ ਤੋਂ ਹੈਗੇ ਆ ਬੀਬੀਆਂ, ਬੱਚੇ, ਉਹ ਕਹਿ ਰਹੇ ਆ ਵੀ ਤੁਸੀਂ ਵਾਪਸ ਨਹੀਂ ਮੁੜਨਾ, ਕਿਲ੍ਹਾ ਫਤਿਹ ਕਰਕੇ ਮੁੜਨਾ ਹੈਗਾ। ਸੋ ਇਹ ਇੱਕ ਬਹੁਤ ਵੱਡਾ ਜੋਸ਼ ਹੈਗਾ ਆ, ਹੁਣ ਤਾਂ ਸਰਕਾਰਾਂ ਨੂੰ ਇਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ, ਕਿਉਂਕਿ ਸਾਰਾ ਪੰਜਾਬ ਸੜਕਾਂ 'ਤੇ ਬੈਠਾ, ਪੰਜਾਬ ਦੇ ਨਾਲ ਹਰਿਆਣਾ, ਹਰਿਆਣੇ ਤੋਂ ਬਾਅਦ ਰਾਜਸਥਾਨ, ਯੂਪੀ, ਸਾਰੀਆਂ ਸਟੇਟਾਂ ਤੋਂ ਕਿਸਾਨਾਂ ਨੇ ਜਿਹੜਾ ਦਿੱਲੀ ਨੂੰ ਚਾਰੇ ਪਾਸੇ ਘੇਰਨ ਦੀ ਪੂਰੀ ਵਿਉਂਤਬੰਦੀ ਬਣਾਈ ਹੋਈ ਹੈ, ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਬਿੱਲਾਂ ਨੂੰ ਵਾਪਸ ਲੈਂਦੇ ਆ ਜਾਂ ਇਹਦੇ ਵਿੱਚ ਕੋਈ ਐਡਿਟ ਕਰਦੇ ਆ ਜਾਂ ਇਹਨੂੰ ਕੋਈ ਜਿਹੜਾ ਕਿ ਕੋਈ ਨਾ ਕੋਈ ਕਿਸਾਨਾਂ ਨੂੰ ਰਾਹਤ ਦੇਣ ਦਾ ਐਲਾਨ ਕਰਦੇ, ਇਹਦਾ ਆਉਣ ਵਾਲਾ ਸਮਾਂ ਵੇਖੇਗਾ। ਕੈਮਰਾਮੈਨ ਪ੍ਰੇਮ ਚਾਚੂ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਦਿੱਲੀ। ਉਮੀਦ ਦੀ ਆਖਰੀ ਕਿਰਨ, ਮੀਆਂ ਰਹਿਮਤ ਅਲੀ, ਵਸ਼ੀਕਰਨ ਸਪੈਸ਼ਲਿਸਟ, ਹਰ ਜਗ੍ਹਾ ਤੋਂ ਨਿਰਾਸ਼ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਸਪੈਸ਼ਲਿਸਟ ਲਵ ਮੈਰਿਜ ਲੋਟਰੀ ਨੰਬਰ, ਪਤੀ ਪਤਨੀ ਚ ਅਨਵਨ, ਮਨ ਚਾਹਾ ਪਿਆਰ, ਸੱਸ ਨੂੰ ਦਾ ਕਲੇਸ਼, ਨੌਕਰੀ ਕਾਰੋਬਾਰ ਚ ਘਾਟਾ, ਕੋਰਟ ਕਚਹਿਰੀ, ਕਰਜ਼ੇ ਤੋਂ ਛੁਟਕਾਰਾ, ਕਿੱਤਾ ਕਰਾਇਆ, ਸ਼ੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਪੀਆਰ ਲਈ ਸੰਪਰਕ ਕਰੋ। ਵਰਲਡ ਫੇਮਸ ਮੀਆਂ ਰਹਿਮਤ ਅਲੀ, ਮੋਬਾਈਲ ਨੰਬਰ +91 7872 4565।